ਖਬਰ ਆ ਰਹੀ ਹੈ ਜੀ ਵੀ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਭਰਾ ਤੇ ਹੋਰ ਜਿਹੜੇ ਲੋਕ ਨੇ ਜੀ ਪੁਲਿਸ ਨੇ ਗ੍ਰਿਫਤਾਰ ਕੀਤੇ ਨੇ। ਬੜੀ ਹੈਰਾਨੀ ਵਾਲੀ ਗੱਲ ਹੈ ਕਿਉਂਕਿ ਤੁਹਾਨੂੰ ਪਤਾ ਨਹੀਂ ਹੋਣਾ 50 ਗ੍ਰਾਮ ਤੋਂ ਉੱਪਰ ਕਮਰਸ਼ੀਅਲ ਹੈ, 50 ਗ੍ਰਾਮ ਤੋਂ ਥੱਲੇ ਨੌਨ ਕਮਰਸ਼ੀਅਲ ਹੈ। ਜੀ ਨੌਨ ਕਮਰਸ਼ੀਅਲ ਦੀ ਡੈਫੀਨੇਸ਼ਨ ਹੁੰਦੀ ਹੈ ਕੁਛ ਦਿਨਾਂ 'ਚ ਫੇਲ ਹੋ ਜਾਂਦੀ, ਜਿਹਦੀ ਪਾਵਰ ਹੈ ਜਿਹੜੀ ਉਹ ਸੈਸ਼ਨ ਕੋਰਟ ਕੋਲ ਹੁੰਦੀ ਹੈ ਜੀ, ਤੇ ਜਿਹੜੀ ਕਮਰਸ਼ੀਅਲ ਹੁੰਦੀ ਹੈ ਉਹਦੀ ਸੈਸ਼ਨ ਕੋਰਟ ਕੋਲ ਪਾਵਰ ਨਹੀਂ ਹੁੰਦੀ, ਉਹ ਜ਼ਿਆਦਾਤਰ ਹਾਈ ਕੋਰਟ 'ਚ ਫੇਲ ਹੁੰਦੀ ਹੈ ਉਹਨਾਂ। ਪਹਿਲੀ ਵਾਰ ਹੋਇਆ ਕਿ ਜਦੋਂ ਇੱਕ ਹਾਇਰ ਅਥਾਰਟੀ ਕਿਤੇ ਡਿਸਟ੍ਰਿਕਟ ਲੈਵਲ ਦੀ 4 ਗ੍ਰਾਮ ਦੇ ਉੱਪਰ ਉਹ ਮੀਡੀਆ ਦੇ ਸਾਹਮਣੇ ਬੈਠੇ ਹੋਏ ਨੇ ਜੀ, ਉਹ ਪੁੱਛ ਰਹੇ ਨੇ, ਤੁਸੀਂ ਇੱਕ ਨੋਟ ਕਰਿਆ ਜੇ, ਮੈਂ ਬੜੇ ਧਿਆਨ ਨਾਲ ਇੰਟਰਵਿਊ ਸੁਣੀ, ਕਹਿੰਦੇ ਜੀ ਭਾਈ ਅੰਮ੍ਰਿਤਪਾਲ ਦਾ ਬ੍ਰਦਰ ਹੈ, ਹਾਂਜੀ, ਕਹਿੰਦੇ ਮੈਨੂੰ ਇਸ ਬਾਰੇ ਨਹੀਂ ਪਤਾ, ਐਜ ਇਨਵੈਸਟੀਗੇਸ਼ਨ ਜਾਣਾ ਹੈ। ਧਿਆਨ ਨਾਲ ਦੇਖਿਆ ਜੇ ਪੰਜਾਬ ਦੇ ਅੰਦਰ ਅੱਜ ਤੱਕ ਕਿਤੇ 4 ਜਾਂ 5 ਗ੍ਰਾਮ ਦੀ ਕਿਸੇ ਜ਼ਿਲ੍ਹੇ 'ਚ ਕਿਸੇ SSP ਨੇ ਦਿੱਤੀ ਹੋਵੇ ਜੀ, ਬਿਲਕੁਲ ਨਹੀਂ ਆਉਂਦੀ। ਇਹ ਵੀ ਖਬਰ ਆ ਰਹੀ ਹੈ ਜੀ ਵੀ ਡੋਪ ਟੈਸਟ ਵੀ ਕੀਤਾ ਗਿਆ, ਜਿਹੜੇ ਪੋਜ਼ਿਟਿਵ ਪਾਏ ਗਏ ਆ ਜੀ ਡੋਪ ਟੈਸਟ ਦੇ ਵਿੱਚ ਜੀ। ਅਜੇ ਅਸੀਂ ਬਿਲਕੁਲ ਨਹੀਂ ਕਹਿ ਸਕਦੇ, ਜਿਹੜਾ ਮੈਨੂੰ ਲੱਗਦਾ ਕਿ ਇੱਕ ਭਾਈ ਅੰਮ੍ਰਿਤਪਾਲ ਦਾ ਜਿਹੜਾ ਚਿਹਰਾ ਬੜਾ ਉੱਪਰ ਜਾ ਰਿਹਾ ਹੈ, ਉਹਨੂੰ ਕਿਤੇ ਨਾ ਕਿਤੇ ਬੜੇ ਵੱਡੇ ਪੱਧਰ 'ਤੇ ਲਿਜਾ ਕੇ ਉਹਨੂੰ ਅਸੀਂ ਨੀਵਾਂ ਕਰਨ ਦੀ ਕੋਸ਼ਿਸ਼ ਕਰ ਰਹੇ। SSP ਰੈਂਕ ਦਾ ਬੰਦਾ 4 ਗ੍ਰਾਮ ਚਾ ਕੇ ਇੰਟਰਵਿਊ ਨਹੀਂ ਦਿੰਦਾ ਹੁੰਦਾ ਕਿਤੇ, ਤੇ ਫਿਰ ਉਹ ਕਹਿ ਰਹੇ ਨੇ ਕਿ ਜੀ ਮੈਨੂੰ ਇਹ ਪਤਾ ਨਹੀਂ ਅੱਗੇ ਕੌਣ ਹੈ। ਯਾਰ ਕਿਵੇਂ ਹੋ ਸਕਦਾ ਤੁਹਾਨੂੰ ਪਤਾ ਨਹੀਂ, ਜਿੱਥੇ ਟਰੱਕਾਂ ਦੇ ਟਰੱਕ ਜਾਂ 50 ਜਾਂ 50 ਕੁਇੰਟਲ ਫੀਮ ਜਾਂ ਬਹੁਤ ਵੱਡੀ ਹੈਵੀ ਕਵਰੀ ਹੋਵੇ ਤਾਂ ਉੱਥੇ ਵੀ ਹਾਇਰ ਅਥਾਰਟੀ ਬੜੇ ਮੁਸ਼ਕਲ ਨਾਲ ਬੈਠਦੀ। ਇਹਨਾਂ ਦੇ ਪਿਤਾ ਵੀ ਤਰਸੇਮ ਸਿੰਘ ਜੀ ਦਾ ਵੀ ਇਹੀ ਕਹਿਣਾ ਵੀ ਬਦਨਾਮ ਕਰਨ ਦੀ ਜਿਹੜੀ ਹੈ ਸਾਜਿਸ਼ ਹੈ, ਇੱਕ ਉਹਦੇ ਤਹਿਤ ਕੰਮ ਕੀਤਾ ਜਾ ਰਿਹਾ ਜੀ। ਇਹਦੇ ਵਿੱਚ ਇਹ ਸ਼ੁਕਰ ਹੈ ਜੇ ਭਾਈ ਅੰਮ੍ਰਿਤਪਾਲ ਬਾਹਰ ਨਹੀਂ ਸੀ ਜੀ, ਜੀ ਤੋਂ ਬਾਹਰ ਹੁੰਦਾ ਤਾਂ ਮੇਰੇ ਦੇਖਣ 'ਚ ਇਹਨਾਂ ਨੇ ਸਾਰੇ ਪਰਿਵਾਰ ਨੂੰ ਟੰਗ ਦੇਣਾ ਸੀ ਇਹਨਾਂ ਨੇ। ਇੱਕ ਮੁਲਜ਼ਮ ਤੋਂ ਅੰਡਰ ਪ੍ਰੈਸ਼ਰ ਜੋ ਮਰਜ਼ੀ ਬਿਆਨ ਲਿਖਾ ਲਓ ਕਿ ਫਲਾਣੇ ਤੋਂ ਮੈਂ ਲੈ ਕੇ ਆਇਆ ਜੀ, ਫਲਾਣੀ ਕਾਲ ਡਿਟੇਲ ਆ ਗਈ। ਹਾਂਜੀ ਖਰਾ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਚੜ੍ਹਦੀ ਕਲਾ ਜੀ। ਚੜ੍ਹਦੀ ਕਲਾ ਜੀ, ਬਹੁਤ ਵਧੀਆ। ਜਗਦੀਪ ਸਿੰਘ ਥਲੀ ਬੋਲ ਰਿਹਾ ਸੀਗਾ ਜੀ। ਹਾਂਜੀ ਹਾਂਜੀ ਹਾਂਜੀ, ਕੀ ਹਾਲ ਹੈ ਥਲੀ ਸਾਹਿਬ? ਹਾਂਜੀ ਚੜ੍ਹਦੀ ਕਲਾ ਜੀ, ਤੇ ਖਬਰ ਆ ਰਹੀ ਹੈ ਜੀ ਵੀ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਭਰਾ ਤੇ ਹੋਰ ਜਿਹੜੇ ਲੋਕ ਨੇ ਜੀ ਪੁਲਿਸ ਨੇ ਗ੍ਰਿਫਤਾਰ ਕੀਤੇ ਨੇ, ਤੇ SSP ਸਾਹਿਬ ਦਾ ਬਿਆਨ ਆਇਆ ਜੀ ਵੀ ਉਹ ਕਹਿੰਦੇ ਵੀ ਦੇਰ ਰਾਤ ਇਹਨਾਂ ਦੀ ਗ੍ਰਿਫਤਾਰੀ ਹੋਈ ਹੈ। ਇਹ ਵੀ ਖਬਰ ਆ ਰਹੀ ਹੈ ਜੀ ਵੀ ਡੋਪ ਟੈਸਟ ਵੀ ਕੀਤਾ ਗਿਆ, ਜਿਹੜੇ ਪੋਜ਼ਿਟਿਵ ਪਾਏ ਗਏ ਆ ਜੀ ਡੋਪ ਟੈਸਟ ਦੇ ਵਿੱਚ ਜੀ। ਦੇਖੋ ਗੱਲ ਇਸ ਤਰ੍ਹਾਂ, ਇੱਕ ਬੜੀ ਹੈਰਾਨੀ ਵਾਲੀ ਗੱਲ ਥਲੀ ਸਾਹਿਬ, ਵੱਡੀ ਪ੍ਰੋਬਲਮ ਕੀ ਹੈ ਇਸ ਦੇ ਵਿੱਚ ਜੀ? 4 ਗ੍ਰਾਮ ਦੀ ਮੈਂ ਉਹਨਾਂ ਦੀ ਸੁਣ ਰਿਹਾ ਸੀ ਇੰਟਰਵਿਊ, 4 ਗ੍ਰਾਮ ਦੇ ਵਿੱਚ ਇੱਕ ਹਾਇਰ ਅਥਾਰਟੀ ਜਿਹੜੀ ਆ ਉਹ ਇੰਟਰਵਿਊ ਦੇ ਰਹੀ ਹੈ ਜੀ। ਬੜੀ ਹੈਰਾਨੀ ਵਾਲੀ ਗੱਲ ਹੈ ਕਿਉਂਕਿ ਤੁਹਾਨੂੰ ਪਤਾ ਨਹੀਂ ਹੋਣਾ, 50 ਗ੍ਰਾਮ ਤੋਂ ਉੱਪਰ ਕਮਰਸ਼ੀਅਲ ਹੈ, 50 ਗ੍ਰਾਮ ਤੋਂ ਥੱਲੇ ਨੌਨ ਕਮਰਸ਼ੀਅਲ ਹੈ। ਨੌਨ ਕਮਰਸ਼ੀਅਲ ਦੀ ਡੈਫੀਨੇਸ਼ਨ ਹੁੰਦੀ ਹੈ ਕੁਛ ਦਿਨਾਂ 'ਚ ਫੇਲ ਹੋ ਜਾਂਦੀ ਹੈ, ਜਿਹਦੀ ਪਾਵਰ ਹੈ ਜਿਹੜੀ ਉਹ ਸੈਸ਼ਨ ਕੋਰਟ ਕੋਲ ਹੁੰਦੀ ਹੈ ਜੀ, ਤੇ ਜਿਹੜੀ ਕਮਰਸ਼ੀਅਲ ਹੁੰਦੀ ਹੈ ਉਹਦੀ ਸੈਸ਼ਨ ਕੋਰਟ ਕੋਲ ਪਾਵਰ ਨਹੀਂ ਹੁੰਦੀ, ਉਹ ਜ਼ਿਆਦਾਤਰ ਹਾਈ ਕੋਰਟ 'ਚ ਫੇਲ ਹੁੰਦੀ ਹੈ ਉਹਨਾਂ ਦੀ। ਸੋ ਇਹ ਨੌਨ ਕਮਰਸ਼ੀਅਲ ਹੈ, ਸਮਾਲ ਤੋਂ ਉੱਪਰ ਹੈ, ਕੰਜ਼ਿਊਮ ਹੈ, ਤਾਂ ਇਹ ਮੇਰੇ ਦੇਖਣ 4 ਜਾਂ 5 ਗ੍ਰਾਮ ਹੈ, ਇਹ ਨੌਨ ਕਮਰਸ਼ੀਅਲ 'ਚ ਆਜੂ। ਤਾਂ ਪਹਿਲੀ ਵਾਰ ਹੋਇਆ ਕਿ ਜਦੋਂ ਇੱਕ ਹਾਇਰ ਅਥਾਰਟੀ ਕਿਤੇ ਡਿਸਟ੍ਰਿਕਟ ਲੈਵਲ ਦੀ 4 ਗ੍ਰਾਮ ਦੇ ਉੱਪਰ ਉਹ ਮੀਡੀਆ ਦੇ ਸਾਹਮਣੇ ਬੈਠੇ ਹੋਏ ਨੇ, ਉਹ ਪੁੱਛ ਰਹੇ ਨੇ, ਤੁਸੀਂ ਇੱਕ ਨੋਟ ਕਰਿਆ ਜੇ, ਮੈਂ ਬੜੇ ਧਿਆਨ ਨਾਲ ਇੰਟਰਵਿਊ ਸੁਣੀ, ਕਹਿੰਦੇ ਜੀ ਭਾਈ ਅੰਮ੍ਰਿਤਪਾਲ ਦਾ ਬ੍ਰਦਰ ਹੈ, ਹਾਂਜੀ, ਕਹਿੰਦੇ ਮੈਨੂੰ ਇਸ ਬਾਰੇ ਨਹੀਂ ਪਤਾ, ਐਜ ਇਨਵੈਸਟੀਗੇਸ਼ਨ ਜਾਣਾ ਹੈ, ਤੇ ਤੁਸੀਂ ਮੈਨੂੰ ਇੱਕ ਧਿਆਨ ਨਾਲ ਦੇਖਿਆ ਜੇ ਪੰਜਾਬ ਦੇ ਅੰਦਰ ਅੱਜ ਤੱਕ ਕਿਤੇ 4 ਜਾਂ 5 ਗ੍ਰਾਮ ਦੀ ਕਿਸੇ ਜ਼ਿਲ੍ਹੇ 'ਚ ਕਿਸੇ SSP ਨੇ ਇੰਟਰਵਿਊ ਦਿੱਤੀ ਹੋਵੇ ਜੀ, ਬਿਲਕੁਲ ਨਹੀਂ ਆਉਂਦੀ ਹੁੰਦੀ, ਉਹ ਕਮਰਸ਼ੀਅਲ 'ਚ ਆਉਂਦੀ ਹੁੰਦੀ ਹੈ ਜਿੱਥੇ, ਕਿਉਂਕਿ ਮੈਨੂੰ 32 ਸਾਲ ਹੋ ਗਏ ਨੇ ਮੈਕਸੀਮਮ, ਮੇਰੇ ਕੋਲ ਬਹੁਤ ਜ਼ਿਆਦਾ ਕੰਮ ਰਿਹਾ ਹੈ, ਜਿੱਥੇ ਟਰੱਕਾਂ ਦੇ ਟਰੱਕ ਜਾਂ 50 ਜਾਂ 50 ਕੁਇੰਟਲ ਫੀਮ ਜਾਂ ਬਹੁਤ ਵੱਡੀ ਹੈਵੀ ਕਵਰੀ ਹੋਵੇ ਤਾਂ ਉੱਥੇ ਵੀ ਹਾਇਰ ਅਥਾਰਟੀ ਬੜੇ ਮੁਸ਼ਕਲ ਨਾਲ ਬੈਠਦੀ।
ਜੀ ਤਾਂ ਇਸ ਦੇ ਅੰਦਰ 4 ਤੋਂ 5 ਗ੍ਰਾਮ ਦਾ ਬੈਠਣਾ ਹਾਇਰ ਅਥਾਰਟੀ ਦਾ, ਤੇ ਸਿੱਧਾ ਟਾਰਗੇਟ ਜਿਹੜਾ ਕਰਨਾ ਉਸ ਪਰਿਵਾਰ ਨੂੰ ਕਰਨਾ। ਹੁਣ ਤੁਸੀਂ ਸਿਆਸਤ ਦੇਖੋ ਨਾ ਜੀ, ਜੀ ਕਿ ਅਸੀਂ ਕਿੱਥੋਂ ਤੀਕਰ ਜਾ ਰਹੇ ਹਾਂ। ਬਾਕੀ ਜਿਹੜੇ ਇਹ ਦੂਜੇ ਕੇਸ ਨੇ ਨਾ, ਜਿਵੇਂ ਉਹਨਾਂ ਤੋਂ ਰਿਕਵਰੀ ਹੈ ਅੰਡਰ ਸੈਕਸ਼ਨ 29 ਹੈ, ਅੱਜ ਹਾਂਜੀ ਤੀਕਰ ਥਲੀ ਸਾਹਿਬ ਅੰਡਰ ਸੈਕਸ਼ਨ 29 ਦੀ ਕਿਤੇ ਐਵੀਡੈਂਸ ਨਹੀਂ ਆਈ। ਜੀ ਕੰਜ਼ਿਊਮ ਕਰ ਰਹੇ ਨੇ, ਇਹਨਾਂ ਦੀ ਐਵੀਡੈਂਸ ਕੋਰਟ 'ਚ ਕ੍ਰਾਸ ਹੋਣਾ ਹੈ ਇਹਨਾਂ ਦੇ ਵਿੱਚ। ਸੋ ਜੀ ਅਜੇ ਅਸੀਂ ਬਿਲਕੁਲ ਨਹੀਂ ਕਹਿ ਸਕਦੇ। ਜਿਹੜਾ ਮੈਨੂੰ ਲੱਗਦਾ ਕਿ ਇੱਕ ਭਾਈ ਅੰਮ੍ਰਿਤਪਾਲ ਦਾ ਜਿਹੜਾ ਚਿਹਰਾ ਬੜਾ ਉੱਪਰ ਜਾ ਰਿਹਾ ਹੈ, ਹਾਂਜੀ ਉਹਨੂੰ ਕਿਤੇ ਨਾ ਕਿਤੇ ਬੜੇ ਵੱਡੇ ਪੱਧਰ ਤੇ ਲਿਜਾ ਕੇ ਉਹਨੂੰ ਅਸੀਂ ਨੀਵਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਜੀ ਹੋਰ ਕੋਈ ਵੱਡੀ ਐਸਐਸਪੀ ਰੈਂਕ ਦਾ ਬੰਦਾ 4 ਗ੍ਰਾਮ ਚਾ ਕੇ ਇੰਟਰਵਿਊ ਨਹੀਂ ਦਿੰਦਾ ਹੁੰਦਾ ਕਿਤੇ। ਤੇ ਫਿਰ ਉਹ ਕਹਿ ਰਹੇ ਨੇ ਕਿ ਜੀ ਮੈਨੂੰ ਇਹ ਪਤਾ ਨਹੀਂ ਅੱਗੇ ਕੌਣ ਹੈ। ਯਾਰ ਕਿਵੇਂ ਹੋ ਸਕਦਾ ਤੁਹਾਨੂੰ ਪਤਾ ਨਹੀਂ? ਸੋ ਡਾਊਟ ਕ੍ਰੀਏਟ ਹੋ ਰਿਹਾ, ਜੀ ਅੱਗੇ ਐਵੀਡੈਂਸ ਆਵੇਗੀ ਪਤਾ ਲੱਗ ਜਾਏਗਾ। ਪਰ ਇਹੋ ਜਿਹੇ ਕੇਸਾਂ ਦੇ ਵਿੱਚ ਕਿਤੇ ਵੀ ਕੇਸ ਪ੍ਰੂਵ ਨਹੀਂ ਹੁੰਦੇ ਹੁੰਦੇ ਅੱਜ ਪਰ ਉਹ ਨਾਲ ਉਹੀ ਕੱਲ੍ਹ ਗੱਲ ਕਹਿੰਦੇ ਜੀ ਵੀ ਡੋਪ ਟੈਸਟ ਕਰਾ ਦਿੱਤਾ ਜੀ, ਇਹ ਪੋਜ਼ਿਟਿਵ ਪਾਏ ਗਏ ਜੀ ਡੋਪ ਟੈਸਟ ਦੇ ਵਿੱਚ ਜੀ। ਦੇਖੋ ਡੋਪ ਟੈਸਟ ਜਿਹੜਾ ਹੈ ਉਹ ਵੀ ਆਪਾਂ ਨੂੰ ਕੋਰਟ 'ਚ ਆ ਕੇ ਪਤਾ ਲੱਗਣਾ ਹੈ ਨਾ ਜੀ। ਜੀ ਅਜੇ ਆਪਾਂ ਕਿਵੇਂ ਕਵਾਂਗੇ, ਸਵਾਲ ਵੀ ਪੁੱਛਣੇ ਨੇ, ਕ੍ਰਾਸ ਵੀ ਹੋਣਾ ਹੈ ਕਿ ਆਪਦੇ ਕੋਲ ਰੱਖ ਕੇ ਉਹਨਾਂ ਨੂੰ ਪਿਆਇਆ ਗਿਆ ਹੈ ਜਾਂ ਨਹੀਂ ਪਿਆਇਆ ਗਿਆ, ਜਾਂ ਉਹਨੇ ਡੋਪ ਟੈਸਟ ਦੇ ਵਿੱਚ ਉਹਨੂੰ ਆਪਾਂ ਕ੍ਰਾਸ ਕਰਨਾ ਹੈ। ਇਹ ਅੱਗੇ ਮੈਟਰ ਆਫ ਐਵੀਡੈਂਸ ਹੈ ਜੀ, ਜੀ ਕਿਉਂਕਿ ਜਿਹੜੀ ਪੁਲਿਸ ਦੀ ਹੈ, ਪੁਲਿਸ ਦੇ ਉੱਪਰ ਮੈਕਸਿਮਮ ਬੜੇ ਵੱਡੇ ਵੱਡੇ ਐਲੀਗੇਸ਼ਨ ਲੱਗੇ ਹੋਏ ਨੇ ਇਹਨਾਂ ਚੀਜ਼ਾਂ ਦੇ। ਸੋ ਜਿੱਥੇ ਐਡੇ ਵੱਡੇ ਐਲੀਗੇਸ਼ਨ ਲੱਗੇ ਹੋਣ ਪੁਲਿਸ ਦੇ ਉੱਪਰ ਪੰਜਾਬ ਪੱਧਰ ਤੇ, ਤੁਸੀਂ ਮੈਨੂੰ ਇੱਕ ਦੱਸੋ, ਇੰਡੀਆ ਦੇ ਵਿੱਚ ਕਿਸੇ ਇੱਕ ਬੜੇ ਵੱਡੇ ਵਪਾਰੀ ਦੀ ਬੰਦਰਗਾਹ ਦੇ ਉੱਪਰ ਕਰੋੜਾਂ ਦੀ ਇੱਕ ਸੇਮ ਡਰੱਗ ਫੜੀ ਗਈ ਸੀ, ਜੀ ਤੇ ਅੱਜ ਤੀਕਰ ਉਸ ਬੰਦੇ ਨੂੰ ਅੰਡਰ ਸੈਕਸ਼ਨ 29 ਚ ਨਹੀਂ ਪਾਇਆ, ਅੱਜ ਤੀਕਰ ਨਹੀਂ ਪਾਇਆ। ਇੰਡੀਆ ਦਾ ਬਹੁਤ ਵੱਡਾ ਆਦਮੀ ਆ ਜਿਹਦੇ ਬੰਦਰਗਾਹ ਦੇ ਉੱਪਰ ਬਹੁਤ ਵੱਡੀ ਆਈ ਫੜੀ ਗਈ ਸੀ, ਜੀ ਪਰ ਇਹ ਚਿਹਰੇ ਨੂੰ ਜਾਣ ਬੁੱਝ ਕੇ ਅਸੀਂ ਅੱਗੇ ਲਿਆ ਕੇ ਉਹਨੂੰ ਖਤਮ ਕਰਨਾ ਚਾਹੁੰਦੇ ਹਾਂ। ਸੋ ਮੇਰੀ ਇੱਕ ਬੇਨਤੀ ਹੈ, ਐਡੀ ਛੇਤੀ ਇਹਨਾਂ ਦੇ ਮਗਰ ਲੱਗਣ ਦੀ ਲੋੜ ਨਹੀਂ। ਮੈਟਰ ਆਫ ਐਵੀਡੈਂਸ ਹੈ, ਕੋਈ ਜ਼ਿਆਦਾ ਨਹੀਂ, ਕੰਜ਼ਿਊਮ ਕਰਨ ਵਾਲੀ ਗੱਲ ਹੈ ਜਿਹੜੀ ਉਹ ਦਿਖਾ ਰਹੇ ਨੇ ਉਹ। ਸੋ ਇਹਦੇ ਵਿੱਚ ਇਹ ਸ਼ੁਕਰ ਹੈ ਜੇ ਭਾਈ ਅੰਮ੍ਰਿਤਪਾਲ ਬਾਹਰ ਨਹੀਂ ਸੀ, ਜੀ ਜੀ ਤੋਂ ਬਾਹਰ ਹੁੰਦਾ ਤੇ ਮੇਰੇ ਦੇਖਣ 'ਚ ਇਹਨਾਂ ਨੇ ਸਾਰੇ ਪਰਿਵਾਰ ਨੂੰ ਟੰਗ ਦੇਣਾ ਸੀ ਇਹਨਾਂ ਨੇ। ਹਾਂ, ਸੋ ਐਸੀ ਗੱਲ ਨਹੀਂ, ਕੋਈ ਮੈਟਰ ਆਫ ਐਵੀਡੈਂਸ ਆਪਾਂ ਕਹਿ ਸਕਦੇ ਹਾਂ। ਅਜੇ ਆਪਾਂ ਰਿਜ਼ਲਟ ਨਾਲ ਡਿਸਕਸ ਮੁੱਢਲੀ ਜਾਂਚ ਦੇ ਵਿੱਚ ਕਹਿੰਦੇ ਜੀ ਲੁਧਿਆਣੇ ਤੋਂ 10,000 ਰੁਪਏ ਦੀ ਲੈ ਕੇ ਆਏ ਸੀਗੇ ਜੀ, ਮੁੱਢਲੀ ਜਾਂਚ ਦੇ ਵਿੱਚ ਪਤਾ ਲੱਗਾ ਇਹ ਜਿਹੜੀਆਂ ਚੀਜ਼ਾਂ ਸਾਹਮਣੇ। ਇਹ ਅੰਡਰ ਸੈਕਸ਼ਨ 29 ਦੀ ਗੱਲ ਆਉਂਦੀ ਆ, ਅੰਡਰ ਸੈਕਸ਼ਨ 29 ਅੱਜ ਤੀਕਰ ਮੈਂ ਕੋਰਟ 'ਚ ਪ੍ਰੂਫ ਹੁੰਦਾ ਨਹੀਂ ਦੇਖਿਆ। ਜੀ ਮੋਬਾਈਲ ਫੋਨ ਤੇ ਗੱਲ ਹੋਣੀ ਕਿਤੇ ਪ੍ਰੂਫ ਨਹੀਂ ਕਰਦੀ ਹੁੰਦੀ ਗੱਲ ਇਹ। ਹਾਂ, ਕਿਸੇ ਦੇ ਅਕਾਊਂਟ 'ਚ ਪੈਸੇ ਜਾਣੇ, ਕਿਉਂ ਜਾਣੇ, ਕਿੰਨੇ ਪਾਏ ਨੇ, ਤੇ ਇਹ ਗੱਲਾਂ ਵੀ ਮੈਟਰ ਆਫ ਐਵੀਡੈਂਸ ਹੈ। ਅੱਜ ਇਹਦੇ ਅਸੀਂ ਖਿਲਾਫ ਜਾਂ ਇਹਦੇ ਹੱਕ 'ਚ ਨਹੀਂ ਬੋਲ ਸਕਦੇ ਇਸ ਪੁਆਇੰਟ ਦੇ ਉੱਪਰ, ਪਰ 4 ਗ੍ਰਾਮ ਦੇ ਉੱਪਰ ਇੱਕ ਹਾਇਰ ਅਥਾਰਟੀ ਦਾ ਟੇਬਲ ਤੇ ਬੈਠ ਜਾਣਾ, ਇਹ ਜ਼ਰੂਰ ਇੱਕ ਡਾਊਟ ਕ੍ਰੀਏਟ ਕਰਦਾ ਹੈ ਕਿ ਪੰਜਾਬ ਦੇ ਅੰਦਰ 4 ਜਾਂ 5 ਗ੍ਰਾਮ ਦੇ ਮਗਰ ਕਿਤੇ ਵੀ ਕੋਈ ਵੱਡੀ ਅਥਾਰਟੀ ਆ ਕੇ ਟੇਬਲ ਤੇ ਬੈਠ ਕੇ ਪ੍ਰੈਸ ਕਾਨਫਰੰਸ ਨਹੀਂ ਕਰਦੀ ਹੁੰਦੀ, ਜੋ ਬੜੀ ਵੱਡੀ ਇੱਕ ਡਾਊਟ ਕ੍ਰੀਏਟ ਕਰ ਰਹੀ ਹੈ ਚੀਜ਼। ਜੀ, ਇਹਨਾਂ ਦੇ ਪਿਤਾ ਵੀ ਤਰਸੇਮ ਸਿੰਘ ਜੀ ਦਾ ਵੀ ਇਹੀ ਕਹਿਣਾ ਵੀ ਬਦਨਾਮ ਕਰਨ ਦੀ ਜਿਹੜੀ ਹੈ ਸਾਜ਼ਿਸ਼ ਹੈ, ਇੱਕ ਉਹਦੇ ਤਹਿਤ ਕੰਮ ਕੀਤਾ ਜਾ ਰਿਹਾ ਜੀ। ਦੇਖੋ ਬਹੁਤ ਕੁਝ ਚੱਲਦਾ ਹੈ ਜੀ, ਅੰਡਰ ਸੈਕਸ਼ਨ 29 ਜਾਂ ਇਹੋ ਜਿਹੇ ਜੋ ਮਰਜ਼ੀ, ਜਿੱਥੇ ਮਰਜ਼ੀ ਕਿਸੇ ਨੂੰ ਇਨਵੋਲਵ ਤੁਸੀਂ ਕਰ ਸਕਦੇ ਹੋ। ਜੀ ਇਹ ਕੜੀ ਬਣਾਉਣ ਲਈ ਤਾਂ ਅੰਡਰ ਸੈਕਸ਼ਨ 29 ਦਾ ਤੂੰ ਤੇ ਮੈਂ ਦੋਨੇ ਬੈਠੇ ਹਾਂ, ਦੋਨਾਂ ਨੂੰ ਆਪਾਂ ਬਣਾ ਸਕਦੇ ਨੇ। ਇੱਕ ਬਿਆਨ ਹੀ ਲਿਖਣਾ ਹੁੰਦਾ ਵਿੱਚ, ਕਰਨਾ ਕੀ ਹੁੰਦਾ ਉਸ ਦੇ ਵਿੱਚ? ਇੱਕ ਮੁਲਜ਼ਮ ਤੋਂ ਅੰਡਰ ਪ੍ਰੈਸ਼ਰ ਜੋ ਮਰਜ਼ੀ ਬਿਆਨ ਲਿਖਾ ਲਓ ਕਿ ਫਲਾਣੇ ਤੋਂ ਮੈਂ ਲੈ ਕੇ ਆਇਆ, ਜੀ ਫਲਾਣੀ ਕਾਲ ਡਿਟੇਲ ਆ ਗਈ, ਇਹ ਤਾਂ ਕਿ ਮੈਟਰ ਆਫ ਐਵੀਡੈਂਸ ਹੈ ਜੀ। ਅਜੇ ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਆਪਾਂ, ਪਰ ਮੈਨੂੰ ਜਿਹੜੀ ਵੱਡੀ ਗੱਲ ਹੈ ਕਿ 4 ਤੋਂ 5 ਬੈਠਣਾ ਟੇਬਲ ਦੇ ਉੱਪਰ, ਪ੍ਰੈਸ ਕਾਨਫਰੰਸ ਨਹੀਂ, ਕਹਿਣਾ ਮੈਂ ਇਸ ਬੰਦੇ ਨੂੰ ਜਾਣਦਾ ਨਹੀਂ, ਇਹ ਚੀਜ਼ਾਂ ਕ੍ਰੀਏਟ ਕਰਤੀਆਂ ਨੇ। ਐਕਚੁਅਲੀ ਉਹ ਸਟੋਰੀ ਬਣਾਉਣੀ ਨਹੀਂ ਯਾਰ।
ਤੇ ਬਿਲਕੁਲ, ਤੇ ਨਾਲੇ ਤਰਸੇਮ ਸਿੰਘ ਜੀ ਦਾ ਇਹ ਵੀ ਕਹਿਣਾ ਵੀ ਉਹ ਜਿਹੜੇ ਦੁਪਹਿਰ ਨੂੰ ਹਰਪ੍ਰੀਤ ਸਿੰਘ ਹੋਰੀ 12 ਵਜੇ ਘਰੋਂ ਚਲ ਗਏ ਸੀਗੇ, 2 ਵਜੇ ਦੇ ਕਰੀਬ ਉਹ ਕਹਿੰਦੇ 2 ਘੰਟੇ ਬਾਅਦ ਕਾਲ ਕਰਨ ਦੀ ਕੋਸ਼ਿਸ਼ ਕੀਤੀ ਆ ਵੀ ਹਰਪ੍ਰੀਤ ਸਿੰਘ ਨੇ ਵੀ ਮੋਗਾ ਦੇ ਬਾਘਾ ਪੁਰਾਣਾ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਲਈ ਕੋਈ ਮਾਰਚ ਕੱਢਿਆ ਜਾ ਰਿਹਾ ਸੀਗਾ, ਉੱਥੇ ਪਹੁੰਚਣਾ ਸੀਗਾ ਵੀ ਉੱਥੇ ਵੀ ਪਹੁੰਚੇ ਨਹੀਂ ਉਹ ਵੀ ਦੇਖੋ, ਇਹ ਮੈਂ ਬੰਦ। ਇਹੀ ਤਾਂ ਮੈਂ ਜਿਹੜੀ ਤੁਹਾਨੂੰ ਗੱਲ ਕਹਿਤੀ ਜੀ ਹਾਂਜੀ ਕਿ ਇਹ ਬੜੀ ਵੱਡੀ ਇੱਕ ਪ੍ਰੋਬਲਮ ਵਾਲੀ ਗੱਲ ਲੱਗ ਰਹੀ ਹੈ ਕਿ ਭਾਈ ਅੰਮ੍ਰਿਤਪਾਲ ਦਾ ਕਿਰਦਾਰ ਜਿਹੜਾ ਥੱਲੇ ਡਿੱਗ ਨਹੀਂ ਰਿਹਾ, ਬਹੁਤ ਕੁਛ ਕੀਤਾ ਹੈ, ਬੜਾ ਜ਼ੋਰ ਲਾ ਲਿਆ, ਰੋਜ਼ 15 ਦਿਨਾਂ ਬਾਅਦ 10 ਦਿਨਾਂ ਬਾਅਦ ਪਹਿਲਾਂ ਖਬਰ ਆਉਂਦੀ ਸੀ ਬੰਦੇ ਅੰਦਰ ਲੜ ਪਏ, ਉਹ ਕੋਈ ਗੱਲ ਸਾਹਮਣੇ ਨਹੀਂ ਆਈ, ਫਿਰ ਬੜੇ ਐਲੀਗੇਸ਼ਨ ਲਾਏ ਗਏ, ਕੋਈ ਗੱਲ ਪ੍ਰੂਵ ਨਹੀਂ ਹੋ ਰਹੀ, ਸੋ ਅੱਜ ਉਹ ਮਾਰਚ ਕੱਢਣ ਕਰਕੇ ਹੀ ਹੋ ਰਿਹਾ। ਮੈਂ ਤੁਹਾਨੂੰ ਇੱਕੋ ਗੱਲ ਮੇਰੀ ਬੜੀ ਵੱਡੀ ਹੈ ਕਿ 5 ਗ੍ਰਾਮ ਜਾਂ 4 ਗ੍ਰਾਮ ਦੇ ਉੱਪਰ ਡਿਸਟ੍ਰਿਕਟ ਦਾ SSP ਕਿਤੇ ਵੀ ਅੱਜ ਤੱਕ ਇਨਫੋਰਮੇਸ਼ਨ ਨਹੀਂ ਦਿੰਦਾ ਹੁੰਦਾ ਕਿਤੇ। ਹਾਂ, ਇਹ ਜੀ ਬਹੁਤ ਵੱਡਾ ਡਾਊਟ ਹੈ ਇਸ ਚੀਜ਼ ਦੇ ਉੱਪਰ। ਜੀ, ਹਾਂਜੀ, ਬਹੁਤ ਠੀਕ ਸ਼ੁਕਰੀਆ ਹੈ ਜੀ ਸਰ, ਜਾਣਕਾਰੀ ਲਈ, ਧੰਨਵਾਦ। ਥੈਂਕ ਯੂ ਥੈਂਕ ਯੂ ਥੈਂਕ ਯੂ।